ਮਨਾਫਾ ਮਿੰਟੂ ਜੀ ਕੋਈ 10% ਤੇ ਕੰਮ ਕਰਦਾ ਕੋਈ 20% ਤੇ ਕੰਮ ਕਰਦਾ ਹਾਂਜੀ ਵੱਧ ਤੋਂ ਵੱਧ ਕੋਈ ਮਿਲ ਲਦਾ ਕੋਈ 50% ਤੇ ਉਹ ਇੱਥੇ 1700% ਦਾ ਮਨਾਫਾ ਆ ਗਿਆ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਦੇਖੋ 1700% ਮੁਨਾਫੇ ਵਾਲਾ ਮਸਲਾ ਹੈ ਨਾ ਜਿਹੜਾ ਇਹ ਕੋਈ ਸ਼ਖਸ ਅਸੀਗਾ ਇਲਾਜ ਕਰਵਾਉਣ ਗਿਆ ਹੂੰ ਇਲਾਜ ਕਰਵਾਉਣ ਗਿਆ ਤਾਂ ਜਿਹੜਾ ਉਹਨੇ ਉੱਥੇ ਜਾ ਕੇ ਵੇਖਿਆ ਨੇਰ ਸਾਈ ਦਾ ਉਹ ਇਹ ਕਿ ਭਾਈ ਉਨੂੰ ਦਵਾਈਆਂ ਲੈਣ ਵਾਸਤੇ ਮਜਬੂਰ ਕੀਤਾ ਗਿਆ ਕਿ ਤੂੰ ਉਥੋਂ ਜਿਹੜੀ ਦੁਕਾਨ ਹਸਪਤਾਲ ਦੇ ਵਿੱਚ ਆ ਇੱਥੋਂ ਜਿਹੜੀਆਂ ਦਵਾਈਆਂ ਨੇ ਉਹ ਪਰਚੇਸ ਕਰਨੀਆਂ ਜੀ ਤਾਂ ਉਹਨੇ ਫਿਰ ਜਿਹੜਾ ਸਾਰਾ ਕੇਸ ਲਾਇਆ ਉਹ ਇਸੇ ਬੁਨਿਆਦ ਤੇ ਲਾਇਆ ਜੀ ਕਿ ਇੱਕ ਬੰਦੇ ਨੂੰ ਜਿਹੜੀ ਕਿ ਉਹਨੂੰ ਆਜ਼ਾਦੀ ਹੈ ਕਾਨੂੰਨਾਂ ਤਾਂ ਉਹਨੂੰ ਆਜ਼ਾਦੀ ਹੈ ਨਾ ਕਿ ਕਿਤੋਂ ਵੀ ਆਪਣੀ ਚੀਜ਼ ਹੋ ਜਿਹੜੀ ਆ ਉਹ ਮਤਲਬ ਕਿ ਲੈ ਸਕਦਾ ਆ ਤੇ ਇਹਨਾਂ ਨੂੰ ਹਦਾਇਤਾਂ ਨੇ ਡਾਕਟਰਾਂ ਨੂੰ ਕਿ ਤੁਸੀਂ ਸਾਲਟ ਹੀ ਲਿਖੋ ਕੰਪਨੀਆਂ ਦੇ ਨਾਂ ਦਵਾਈਆਂ ਦੇ ਨਾਂ ਲਿਖਣ ਦੀ ਲੋੜ ਹੀ ਨਹੀਂ ਆ ਕੋਈ ਜਨਰਿਕ ਲੈਣਾ ਚਾਹੁੰਦਾ ਕੋਈ ਕਿਸ ਤਰ੍ਹਾਂ ਦੀ ਲੈਣਾ ਚਾਹੁੰਦਾ ਜਿਹੜੀ ਮਰਜੀ ਕੰਪਨੀ ਦੀ ਬਾਜ਼ਾਰ ਚੋਂ ਲਵੇ ਖੁੱਲੀ ਛੁੱਟੀ ਆ ਤਾਂ ਉਹ ਕਹਿੰਦੇ ਕਿ ਮਜਬੂਰਨ ਜਦੋਂ ਬਿੱਲ ਬਣੇ ਤਾਂ ਉਹਦੇ ਵਿੱਚ 1700% ਮੁਨਾਫਾ ਸੀਗਾ ਹਸਪਤਾਲ ਦਾ ਮਤਲਬ ਜੇ ਉਹ ਹੀ ਦਵਾਈਆਂ ਬਾਹਰੋਂ ਲਈਆਂ ਜਾਂਦੀਆਂ ਤਾਂ ਉਹ ਮੁਨਾਫਾ ਬਹੁਤ ਘਟ ਜਾਣਾ ਸੀਗਾ ਤਾ 1700% ਕਹਿੰਦੇ ਕਿ ਕਿਸੇ ਕਿਸੇ ਵੀ ਜਗ੍ਹਾ ਤੇ ਕਿ ਉਹ ਜਾਇਜ਼ ਹੈ ਇਹ ਮਾਮਲਾ ਚਲੇਗਾ ਹਾਈ ਕੋਰਟ ਚ ਜਰਨੀ ਸੀ ਕਿ ਮਿੰਟੂ ਹਾਈ ਕੋਰਟ ਨੇ ਨੋਟਿਸ ਕੱਢਿਆ ਪੰਜਾਬ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਇੱਕ ਇਹਨਾਂ ਦੀ ਹੁੰਦੀ ਆ ਮਤਲਬ ਕਿ ਮੈਡੀਕਲ ਲਾਈਨ ਚ ਸਾਰੇ ਜਾਣਦੇ ਹੋਣਗੇ ਇੱਕ ਬਾਡੀ ਹੈ ਜਿਹੜੀ ਉਹ ਪ੍ਰਾਈਸ ਅਥਾਰਟੀ ਕਹਿ ਸਕਦੇ ਆ ਉਹਨਾਂ ਨੂੰ ਵੀ ਨੋਟਿਸ ਕੱਢਿਆ अच्छा जी ਤੇ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਾਖਲ ਕੀਤਾ ਉਹਦੇ ਤੇ ਤਾਂ ਹਾਈ ਕੋਰਟ ਨੇ ਕਿਹਾ ਕਿ ਤੁਹਾਡਾ ਜਵਾਬ ਜਿਹੜਾ ਠੀਕ ਨਹੀਂ ਹੈਗਾ ਇਹਨੂੰ ਦੁਬਾਰਾ ਦੇਓ ਜੀ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ 1700% ਮੁਨਾਫਾ ਤਾਂ ਬੜੀ ਇੱਕ ਤਰ੍ਹਾਂ ਨਾਲ ਕਹ ਲਓ ਕਿ ਅਜੀਬੋ ਜਿਹੀ ਪਰਿਸਥਿਤੀ ਆ ਉਹਦੇ ਚ ਹੁਣ ਦਿੱਕਤ ਕੀ ਹੈ ਦਿੱਕਤ ਇਹ ਆ ਕਿ ਜਿਹੜੀਆਂ ਹੁਣ ਕੁਝ ਸਰਕਾਰੀ ਯੋਜਨਾਵਾਂ ਨੇ ਉਹੀ ਹਸਪਤਾਲ ਇਹਨਾਂ ਨੇ ਲਿਸਟਡ ਕਰ ਰੱਖੇ ਆ ਸਰਕਾਰਾਂ ਨੇ ਮਤਲਬ ਸਮਝ ਕੇ ਕਿ ਜਿਹੜੇ ਹਸਪਤਾਲਾਂ ਦਾ ਉਹਨੇ ਜ਼ਿਕਰ ਕੀਤਾ ਇੱਕ ਜਾਂ ਦੋ ਹਸਪਤਾਲ ਆ ਉਹ ਸਰਕਾਰਾਂ ਦੀਆਂ ਯੋਜਨਾਵਾਂ ਦਾ ਹਿੱਸਾ ਹੈ ਉਹ ਕਹਿੰਦੇ ਆ ਕਿ ਸਰਕਾਰੀ ਯੋਜਨਾਵਾਂ ਦੇ ਵਿੱਚ ਜਦੋਂ ਬੰਦਾ ਜਾਂ ਕੋਈ ਲਾਭਪਾਤਰੀ ਜਾਂਦਾ ਤਾਂ ਇਹ ਟੈਕਸ ਪੇਅਰਸ ਦੇ ਪੈਸੇ ਦੀ ਮਿਸਯੂジング ਹੈ ਉੱਥੇ ਪੂਰੀ ਤਰ੍ਹਾਂ ਕਿਉਂਕਿ ਇਹ ਬਿੱਲ ਬਣਾਈ ਜਾਂਦੇ ਵਧਾ ਕੇ ਆਪਣਾ ਮਾਰਜਨ ਲਈ ਜਾਂਦੇ ਆ ਲਈ ਜਾਂਦੇ ਆ ਲਈ ਜਾਂਦੇ ਆ ਤੇ ਦਵਾਈਆਂ ਉਹ ਬੰਦੇ ਨੂੰ ਬੌਂਡ ਕਰ ਦਿੰਦੇ ਆ ਕਿ ਬਸ ਤੂੰ ਇੱਥੋਂ ਲਏਂਗਾ ਦਵਾਈ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਆਪਾਂ ਜਾਣੇ ਹਸਪਤਾਲਾਂ ਦੇ ਵਿੱਚ ਉਹ ਨੁੱਕਰ ਤੇ ਖੋਲਿਆ ਹੁੰਦਾ ਤੇ ਉਹ ਕਿਵੇਂ ਖੋਲਿਆ ਹੁੰਦਾ ਸਭ ਨੂੰ ਪਤਾ ਹੈ ਤੁਸੀਂ ਕਹਣਾ ਮੈਂ ਚੰਨੀ ਨੂੰ ਹਰੇਕ ਕੰਮ ਛੜਾ ਦੇਣਾ ਮੈਨੂੰ ਥੋੜਾ ਜਿਹਾ ਮੈਡੀਕਲ ਲਾਈਨ ਦਾ ਵੇ ਹੈਗਾ ਭੇਜਦਾ ਵਾ ਵਸਤਾ ਭਾਜੀ ਮਿੰਟੂ ਜੀ ਆਪਣੇ ਆਪ ਹੀ ਤੁਹਾਨੂੰ ਪਤਾ ਹੈ ਹਾਂ ਜੀ ਹਾਂ ਜੀ ਮੇਰੇ ਦੋਸਤ ਦਾ ਸੀਗਾ ਉੱਥੇ ਬੈੰਦੇ ਰਹੇ ਬਹੁਤ ਲੰਬੇ ਸਮੇਂ ਤੱਕ ਜੀ ਉਹ ਸਾਰੀਆਂ ਖਿੱਡਾਂ ਦਾ ਪਤਾ ਤਾਂ ਉਹ ਡਾਕਟਰ ਦੇ ਨਾਲ ਜਾ ਕੇ ਪਹਿਲਾਂ ਸੈਟਿੰਗ ਕਰਨੀ ਪਾਏਗੀ ਤੁਹਾਨੂੰ ਜਾਉਦਾ ਸ਼ੇਅਰ ਰੱਖਣਾ ਪਵੇਗਾ ਜਾਂ ਡੇਲੀ ਕਮਾਈ ਚੋਂ ਇਹਦਾ ਹਿੱਸਾ ਰੱਖਣਾ ਪਵੇਗਾ। ਲਾ ਜੇ ਝੂਠਾ ਤਾਂ ਦੱਸ ਦੇਣਾ ਮੈਂ ਮੈਡੀਕਲ ਸਟੋਰਾਂ ਵਾਲੇ ਦੱਸ ਦੇਣ। ਜੇ ਝੂਠਾ ਤਾਂ ਦੱਸ ਦੇਣਾ ਕਿ ਹਸਪਤਾਲ ਚ ਮੈਡੀਕਲ ਕਿਦਾਂ ਖੁੱਲਦਾ ਹੈ? ਹੁਣ ਉਹ ਮੈਡੀਕਲ ਜਾਂ ਤਾਂ ਡਾਕਟਰ ਦਾ ਆਪਣਾ ਹੋਏਗਾ ਜਾਂ ਉਹਨੇ ਖਲਵਾਇਆ ਹੋਏਗਾ। ਜੀ। ਤਾਂ ਫਿਰ ਬਾਹਰ ਉਹਨੇ ਕਿੱਥੋਂ ਜਾਣ ਦੇਣਾ? ਉਹਨੇ ਤਾਂ ਕੈਂਚੀ ਮਾਰ ਕੇ ਉੱਥੇ ਮਰੀਜ਼ ਨੂੰ ਸੁੱਟ ਲੈਣਾ ਕਿ ਇੱਥੇ ਆ। ਜੀ। ਤੇ ਨਹੀਂ ਤੇ ਜਾ ਤੂੰ ਜਿੱਥੇ ਜਾਣਾ ਧੱਕੇ ਖਾ ਫਿਰ। ਜੀ ਜੀ। ਤਾਂ ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ। ਇਹਦੇ ਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਜਵਾਬ ਦੇਣ ਦੀ ਲੋੜ ਆ ਇਹ ਤੇ ਐਵੇਂ ਚੱਲ ਜਾ ਖਲਾਰ ਦਿੰਦੇ ਹਰੇ ਗੱਲ ਤੇ ਫਾਰਮੈਲਟੀ ਕਰਾਉਂਦੇ ਆ ਹਾਈ ਕੋਰਟ ਨੇ ਕਿਹਾ ਕਿ ਦੁਬਾਰਾ ਸੋਚ ਕੇ ਆਪਣਾ ਜਵਾਬ ਦਿਓ ਬਿਲਕੁਲ ਬਿਲਕੁਲ ਬਿੰਟੂ ਯੋਰ ਬਣਦਾ ਵੀ ਇਹ ਜਵਾਬ ਵਿੱਚ ਜੀ ਜੀ ਬਿਲਕੁਲ ਮਤਲਬ ਇੱਕ ਕੋਈ ਸੀਮਾ ਤਾਂ ਹੁੰਦੀ ਹੈ ਨਾ ਹਰ ਇੱਕ ਚੀਜ਼ ਦੀ ਹਾਂਜੀ ਹਾਂਜੀ 1700% ਮੁਨਾਫਾ ਕਿਸੇ ਵੀ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਜੀ ਅਥਾ ਹੈ ਜੀ 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 ਬਿਲਕੁਲ ਲਾਲੀ ਸੈਣੀ ਕਰੇ ਕਿ ਸਾਰੇ ਡਾਕਟਰ ਨੇ ਆਪਣੇ ਹੀ ਮੈਡੀਕਲ ਖੋਲ੍ਹਿਆ ਜੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਾਹਰ ਮੈਡੀਕਲ ਆ ਮੈਂ ਬਾਹਰ ਮੈਡੀਸਨ ਨਹੀਂ ਮਿਲਦੀ ਮੈਡੀਕਲ ਲੈ ਕੇ ਬਾਹਰ ਤਾਂ ਮਿਲਦੀ ਨਹੀਂ ਆਪਾਂ ਨੂੰ ਪਤਾ ਹੀ ਹੈ ਜੀ ਉਹ ਮਿਲ ਜਾਂਦੀ ਉਹ ਲਿਖਦੇ ਹੋ ਰਹੇ ਹੁਣ ਉਹਨਾਂ ਨੇ ਤੇ ਸਿਆਪਾ ਹੀ ਨਵੇੜ ਦੇ ਤਾਂ ਹਿੰਦੀ ਚ ਲਿਖਣੀ ਸਟਾਰਟ ਕਰ ਦਿੱਤੀ ਐ ਐਮਬੀਬੀਐਸ ਹੀ ਹਿੰਦੀ ਚ ਕਰ ਦਿੱਤੀ ਐ ਤੋ ਕਹਿੰਦੇ ਆਰਐਕਸ ਦੀ ਜਗ੍ਹਾ ਤੇ ਕੀ ਲਿਖੀ ਉਹ ਕਹਿੰਦੇ ਕਿ ਓ ਮਰੀ ਲਿਖ ਦਿਆ ਕਰੋ ਕੁਝ ਨਹੀਂ ਹੁੰਦਾ ਸਟਾਰਟ ਕਰ ਦਿਓ ਸ਼ਿਵਰਾਜ ਸਿੰਘ ਕਹਿੰਦਾ ਲਿਖ ਕੇ ਤੇ ਰੱਬ ਦਾ ਨਾਮ ਲਓ ਤੇ ਥੱਲੇ ਹਿੰਦੀ ਚ ਚੇਪ ਦਿਓ ਇੱਕ ਡਾਕਟਰ ਨੇ ਤਾਂ ਕੰਮ ਹੀ ਸ਼ੁਰੂ ਕਰ ਦਿੱਤਾ ਮੈਂ ਚਲੋ ਘਟੋ ਘਟਾਮ ਬੰਦੇ ਨੂੰ ਤਾਂ ਸਮਝ ਆਏਗੀ ਨਾ ਜੀ ਵੀ ਗੱਲ ਸਹੀ ਹੈ ਕੱਲੋ ਕੰਪਨਗਾਲੇ ਵੀ ਆ ਕੇ ਮੈ ਜਿਹੜਾ ਕੰਪੋਜੀਸ਼ਨ ਆ ਉਹ ਵੀ ਪੰਜਾਬੀ ਚ ਹਿੰਦੀ ਚ ਲਿਖਦੇ ਆ ਕਨ ਬੰਦੇ ਨਹੀਂ ਸਾਲਟ ਲਿਖਣੇ ਚਾਹੀਦੇ ਇਹਨਾਂ ਨੂੰ ਜੀ ਸਾਲਟ ਲਿਖੋ ਸਾਲ ਦਵਾ ਦਵਾ ਦੇ ਵਿੱਚ ਕੀ ਸਾਲਟ ਹੀ ਹੁੰਦੇ ਆ ਨੇ ਨਾ ਇਹਨਾਂ ਨੂੰ ਹਦਾਇਤ ਆ ਕਿ ਸਾਲਟ ਲਿਖਣੇ ਨਹੀਂ ਲਿਖਦੇ ਇਹ ਅਗਲੇ ਦੀ ਮਰਜ਼ੀ ਅਗਲਾ ਜਨਰਿਕ ਲਵੇ ਅਗਲਾ ਬ੍ਰਾਂਡਡ ਲੱਖੀ ਹੈ ਕਿ ਹਸਪਤਾਲ ਹੋਏ ਜਾਂ ਵੱਡੇ ਸਕੂਲ ਹੋਏ ਇਹ ਕਿਹਨਾਂ ਦੇ ਆ ਜਾਂ ਤਾਂ ਵੱਡੇ ਸਾਧਾਂ ਦੇ ਆ ਜਾਂ ਵੱਡੇ ਚੋਰਾਾਂ ਦੇ ਆ ਜਾਂ ਵੱਡੇ ਮਤਲਬ ਕਿ ਲੀਡਰਾਂ ਦੇ ਆ ਜਾਂ ਵੱਡੇ ਕਾਰੋਬਾਰੀਆਂ ਦੇ ਆ ਕਿ ਕੰਪਨੀਆਂ ਦੇ ਆ ਕਿ ਕੁਝ ਕੁ ਡਾਕਟਰ ਨੇ ਜਿਹੜੇ ਕਿ ਮਤਲਬ ਕਿ ਪ੍ਰੋਫੈਸ਼ਨਲੀ ਬਹੁਤ ਕਹਿ ਲੋ ਕਿ ਐਥਿਕਸ ਰੱਖ ਕੇ ਚੱਲਦੇ ਨੇ ਬਿਲਕੁਲ ਬਿਲਕੁਲ ਬਹੁਤ ਐਥਿਕਸ ਰੱਖ ਕੇ ਚੱਲਦੇ ਉਹਨਾਂ ਨੂੰ ਕੋਈ ਲਾਲਚ ਨਹੀਂ ਹੈ ਉਹਨਾਂ ਨੂੰ ਸਲੂਟ ਆ ਆਪਾਂ ਕਰਦੇ ਆ ਉਹ ਵਾਕਈ ਧਰਤੀ ਦੇ ਰੱਬ ਹੈ ਜੀ ਹੈਗੇ ਨੇ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਜ਼ਿਆਦਾਤਰ ਕਹਿ ਸਕਦੇ ਆ ਕਿ ਠੀਕ ਆ ਇਸ ਪਾਸੇ ਨੂੰ ਮੁੜ ਪਏ ਪਰ ਹਾਲੇ ਕੋਈ ਨਾ ਕੋਈ ਵਿਰਲੀ ਬੂਟੀ ਹੈਗੀ ਆ ਜੀ ਜਿਹੜੇ ਕਿ ਇਨਸਾਨੀਅਤ ਨੂੰ ਪਿਆਰ ਕਰਦੇ ਆ ਹਾਂ ਪੈਸਾ ਵੀ ਕਮਾਉਂਦੇ ਨੇ ਪਰ ਇੰਨਾ ਜ਼ਿਆਦਾ ਲਾਲਚ ਨਹੀਂ ਕਰਦੇ ਤੋ ਮਤਲਬ ਕਿ ਜਿਹੜੇ ਵੱਡੇ ਸੰਸਥਾਨ ਅੱਜ ਕੱਲ ਖੜੇ ਹੋਏ ਨੇ ਉਹਨਾਂ ਦੇ ਵਿੱਚ ਲੀਡਰਾਂ ਦੇ ਸਾਧਾਂ ਦੇ ਜਾਂ ਦੋ ਨੰਬਰੀ ਬੰਦਿਆਂ ਦੇ ਅੱਜ ਕੱਲ ਹਿੱਸੇ ਆ ਤੇ ਫਿਰ ਉੱਥੇ ਕਿੰਨੇ ਇਨਸਪੈਕਸ਼ਨ ਕਰਨੀਆਂ ਤੇ ਕਿੰਨੇ ਜਾ ਕੇ ਇਹਨਾਂ ਚੀਜ਼ਾਂ ਦਾ ਧਿਆਨ ਮਤਲਬ ਕਿ ਉੱਥੇ ਕਰਨਾ ਹੈ ਜੀ ਜੀ ਬਿਲਕੁਲ ਮਿੰਟੂ ਜੀ ਓਪਨਰ ਮਿੰਟੂ ਜੀ ਕੋ ਕਮੈਂਟ ਆ ਰਿਹਾ ਵਿਸ਼ਾ ਥੋੜਾ ਵੱਖਰਾ ਹੈਗਾ ਰਵਿੰਦਰ ਵੈਦਵਾਨ ਜੀ ਕਹਿੰਦੇ ਵੈਸੇ ਤਾਂ ਇਹ ਆ ਗੱਲ ਕਿ ਅਸੀਂ ਕਿਸੇ ਦਾ ਗੁੱਸਾ ਗੇਲਾ ਨਹੀਂ ਕਰਦੇ ਕੋਈ ਗੱਲ ਨਹੀਂ ਜੇ ਤੁਸੀਂ ਕ੍ਰਿਟੀਸਾਈਜ਼ ਕੀਤਾ ਤਾਂ ਅਸੀਂ ਗੁੱਸਾ ਗੇਲਾ ਨਹੀਂ ਕਰਦੇ ਉਹਦੇ ਲਈ ਕੋਈ ਗੱਲ ਨਹੀਂ ਉਹ ਸੌਰੀ ਫੀਲ ਕਰ ਰਹੇ ਸੀ ਮਿੰਟੂ ਜੀ ਉਹ ਕਹਿੰਦੇ ਨਾ ਕਿ ਇਹਨਾਂ ਦੀ ਆਪਣੀ ਇੱਕ ਸਮੱਸਿਆ ਗਈ ਇਹ ਕਹਿੰਦੇ ਕਿ ਜੀ ਮੈਂ ਆਪਣਾ ਮਿੰਟੂ ਭਾਈ ਜੀ ਕਹਿੰਦੇ ਕਿ ਮੇਰੇ ਤੇ ਬੀਤੀ ਆ ਪਹਿਲਾਂ ਮੈਂ ਠੀਕ ਆ ਕਿ ਮੈਂ ਸੋਚਦਾ ਸੀ ਕਿ ਤੁਸੀਂ ਜ਼ਿਆਦਾ ਕ੍ਰਿਟੀਸਾਈਜ਼ ਕਰਦੇ ਹੋ ਮੈਂ ਕਹਿੰਦੇ ਕਿ ਏਡੀਜੀਪੀ ਆਫਿਸ ਫਰੈਂਡ ਨੂੰ ਪਿਕ ਕਰਨ ਦੇ ਲਈ ਗਿਆ ਸੀਗਾ ਉੱਥੇ ਕੋਈ ਹੋਰ ਜਣਾ ਕੋਈ ਡਰਿੰਕ ਕਰ ਰਿਹਾ ਸੀ ਏਡੀਜੀਪੀ ਆਫਿਸ ਨੇ ਕੇਸ ਕਰਕੇ ਮੇਰਾ ਫਿਊਚਰ ਖਰਾਬ ਕਰ ਦਿੱਤਾ ਜੀ ਥੱਲੇ ਨਾਲ ਇੱਕ ਹੋਰ ਕਮੈਂਟ ਸੀਗਾ ਕਹਿੰਦੇ ਕਿ ਮੈਂ ਇੱਕ ਹਫਤੇ ਦੇ ਲਈ ਆਸਟ੍ਰੇਲੀਆ ਤੋਂ ਆਇਆ ਸੀਗਾ ਓਹੋ ਇਹਨਾਂ ਨੇ ਇੱਕ ਦਿਨਾਂ ਜੀ ਚਲੋ ਬੈਦਵਾਨ ਸਾਹਿਬ ਦਾ ਨਾਮ ਇਹਨਾਂ ਨੂੰ ਯਾਦ ਇਹਨਾਂ ਨੇ ਕੋਈ ਮਤਲਬ ਕਿਦਾਂ ਦਾ ਆਪਾਂ ਨੂੰ ਕਮੈਂਟ ਕੀਤਾ ਸੀਗਾ ਤਾਂ ਅਸੀਂ ਤਾਂ ਇਸਤਿਗਾਲ ਕਰਦੇ ਹਾਂ ਕੋਈ ਗੱਲ ਨਹੀਂ ਤੁਸੀਂ ਸਾਡੇ ਭਰਾ ਹੋ ਪਰ ਜੋ ਤੁਹਾਡੇ ਨਾਲ ਹੋਈ ਹੈ ਬੜੀ ਮਾੜੀ ਗੱਲ ਹੈ ਜੀ ਬਹੁਤ ਮਾੜੀ ਗੱਲ ਹੈ ਤੇ ਇਦੋਂ ਵੱਧ ਧੱਕੇਸ਼ਾਹੀ ਕੀ ਹੋਏਗੀ ਕਿ ਜਿਹੜਾ ਬੰਦਾ ਸਰਕਾਰ ਨੂੰ ਪਿਆਰ ਕਰਦਾ ਸਪੋਰਟ ਕਰਦਾ ਤਾਂ ਉਹਦੇ ਨਾਲ ਹੀ ਧੱਕਾ ਹੋ ਜਾਵੇ ਜੀ ਅਸੀਂ ਤੁਹਾਡੇ ਨਾਲ ਆ ਜੇ ਕੋਈ ਕਿਸੇ ਵੀ ਕਿਸਮ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਅਸੀਂ ਤੇ ਆਵਾਜ਼ ਹੀ ਚੁੱਕ ਸਕਦੇ ਆ ਤਾਂ ਜ਼ਰੂਰ ਸਾਨੂੰ ਤੁਸੀਂ ਆਪਣੀ ਕੋਈ ਤਫਸੀਲ ਭੇਜ ਦੇਣਾ ਅਸੀਂ ਉਹਦੇ ਤੇ ਗੱਲ ਕਰਾਂਗੇ ਬਿਲਕੁਲ ਈਮੇਲ ਜਾਂ ਵਟਸਐਪ ਜ਼ਰੀਏ ਡਿਸਕਲੋਜ਼ ਤੁਸੀਂ ਭਾਵੇਂ ਆਪਣਾ ਪੂਰਾ ਨਾਂ ਨਾ ਡਿਸਕਲੋਜ਼ ਕਰਿਓ ਜੀ ਪਰ ਜਿੰਨੀ ਵੀ ਹੋਈ ਹੈ ਕੇਸ ਦੀ ਕੋਈ ਜਿਹੜੀ ਆਪ ਬੀਤੀ ਹੈ ਉਹ ਦੱਸ ਦਿਓ ਅਸੀਂ ਇੱਥੇ ਬੋਲ ਕੇ ਦੱਸਦੇ ਆਂ ਕਿ ਤਾਂ ਕਿ ਦੂਸਰੇ ਸਮਰਥਕਾਂ ਨੂੰ ਵੀ ਪਤਾ ਲੱਗੇ ਔਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਖੁੱਲ ਕੇ ਬੇਸ਼ੱਕ ਨਹੀਂ ਬੋਲਦੇ ਹੁੰਦੇ ਸਮਰਥਕ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਜਿਹੜੇ ਸੱਚੇ ਇਮਾਨਦਾਰੀ ਨਾਲ ਜੁੜੇ ਲੋਕ ਆ ਉਹ ਇਹਨਾਂ ਚੀਜ਼ਾਂ ਤੋਂ ਦੁਖੀ ਹਨ ਕਿ ਜਿਵੇਂ ਪਾਸੇ ਪਾਰਟੀਆਂ ਚੋਂ ਆ ਕੇ ਬੰਦਿਆਂ ਨੇ ਜੋ ਕੀਤਾ ਜਾਂ ਸਿਸਟਮ ਦੇ ਵਿੱਚ ਜੋ ਖਰਾਬੀ ਸੀ ਉਸੇ ਚੀਜ਼ ਨੂੰ ਹੀ ਅੱਗੇ ਵਧਾਇਆ ਗਿਆ ਉਹ ਵੀ ਨਾਖੁਸ਼ ਨੇ ਨਾ ਚੀਜ਼ਾਂ ਤੋਂ ਬਿਲਕੁਲ ਬਿਲਕੁਲ ਅੱਗੇ ਕਹੇ ਸੀ ਮੈਨੂੰ ਐਂਟਰੀ ਗੇਟ ਕੀਪਰ ਨੇ ਦਿੱਤੀ ਸੀ ਇਹ ਤੇ ਉਹਨਾਂ ਨੇ ਮੇਰੇ ਤੇ ਐਂਟਰੀ ਦਾ ਕੇਸ ਕਰਤਾ ਜੀ ਕਿ ਮੈਂ ਐਂਟਰੀ ਕਿਉਂ ਕੀਤੀ ਜੀ ਤੇ ਮੈਨੂੰ ਪਤਾ ਨਹੀਂ ਸੀਗਾ ਕਿਨੇ ਕਿ ਮਤਲਬ ਕੀ ਚਲੋ ਦੇਖ ਲਓ ਕਈ ਵਾਰੀ ਬੰਦੇ ਤੋਂ ਗਲਤੀ ਹੋ ਵੀ ਜਾਂਦੀ ਹੈ ਗੱਲ ਇਹ ਹੈ ਕਿ ਜੇ ਐਂਟਰੀ ਪਵਾ ਕੇ ਗਏ ਨੇ ਤਾਂ ਫਿਰ ਤਾਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਜੀ ਉਹ ਆਰਟੀਆਈ ਰਾਹੀਂ ਉਹ ਕਢਾ ਲਓ ਜੀ ਉਸ ਦਿਨ ਦਾ ਰਿਕਾਰਡ ਕਢਵਾ ਲਓ ਜੀ ਉਹ ਤੁਹਾਨੂੰ ਵਧੀਆ ਕੰਮ ਦੇਵੇਗਾ ਜੀ ਜਿਸ ਦਿਨ ਦਾ ਤੁਸੀਂ ਉੱਥੇ ਜੇ ਤਾਂ ਰਜਿਸਟਰਡ ਹੈ ਤੁਹਾਡੀ ਐਂਟਰੀ ਜੀ ਗੇਟ ਤੇ ਉਹ ਕਢਵਾ ਲਓ ਉਸ ਦਿਨ ਦਾ ਸਾਰਾ ਰਿਕਾਰਡ ਜੀ ਉਹ ਤੁਸੀਂ ਰੱਖ ਲਓ ਕਿ ਮੈਂ ਐਂਟਰੀ ਜਿਹੜੀ ਬਕਾਇਦਾ ਉਥੇ ਜੋ ਫਾਰਮੈਲਟੀ ਉਹ ਪੂਰੀ ਕਰਕੇ ਗਿਆ ਵਾਂ ਤੇ ਅਗਲੀ ਜਿਹੜੀ ਕੋਈ ਉਥੇ ਜੋ ਆਪੀਤੀ ਹੈ ਤੁਹਾਡੀ ਉਹ ਦੱਸ ਦੇਣਾ ਜੀ ਅਸੀਂ ਜ਼ਰੂਰ ਵਿੱਚ ਰੱਖਾਂਗੇ ਸਾਰਿਆਂ ਦੇ ਬਿਲਕੁਲ ਕੀ ਕਹਾਣੀਆਂ ਚੱਲ ਰਹੀਆਂ ਜੀ ਇਸ ਨਿظام ਦੇ ਬਿਲਕੁਲ ਮਿੰਟੋ ਜੀ ਇਹ ਕਹਿੰਦੇ ਸੀ ਕਿ ਕੋਈ ਈਮੇਲ ਐਡਰੈਸ ਆਈ ਤੁਸੀਂ ਇਦਾਂ ਕਰਿਓ ਸੌਖਾ ਤਰੀਕਾ ਰਸਣਾ ਤੁਸੀਂ ਫੇਸਬੁੱਕ ਦੇ ਇਨਬਾਕਸ ਦੇ ਵਿੱਚ ਕਰ ਦਿਓ ਮੈਸੇਜ ਕਰ ਦਿਓ ਉੱਥੋਂ ਸਾਡੀ ਟੈਕਨੀਕਲ ਟੀਮ ਚੱਕ ਲੂਗੀ ਹਾਂਜੀ ਚੱਕ ਲੈਗੀ ਉੱਥੋਂ ਚੱਕ ਲੈਗੀ ਨਹੀਂ ਤਾਂ ਤੁਸੀਂ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਵਟਸਐਪ ਨੰਬਰ ਮਿਲ ਜੇਗਾ ਤੁਸੀਂ ਉੱਥੇ ਹੀ ਭੇਜ ਸਕਦੇ ਹੋ ਜਿੱਦਾਂ ਤੁਹਾਨੂੰ ਕੰਫਰਟ ਲੱਗੇ ਤੁਸੀਂ ਉਸ ਤਰੀਕੇ ਨਾਲ ਜਾਣਕਾਰੀ ਭੇਜ ਦਿਓ